ਸਤਿ ਸ਼੍ਰੀ ਅਕਾਲ ਆਦਾਬ ਸਲਾਮ ਮੈਂ ਤੁਹਾਡਾ ਆਪਣਾ ਵਰਿੰਦਰ ਸਿੰਘ ਅੱਜ ਸਾਡੇ ਨਾਲ ਨੇ ਜਾਨੀ ਮਾਨੀ ਸ਼ਖਸੀਅਤ ਮੈਰੀਲੈਂਡ ਤੋਂ ਅਮਰੀਕਾ ਤੋਂ ਸਿਕਸ ਆਫ ਅਮਰੀਕਾ ਦੇ ਚੇਅਰਮੈਨ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਦੇਸ਼ ਵਿਦੇਸ਼ ਦੀਆਂ ਖਬਰਾਂ ਬਾਰੇ ਹੋਰ ਵੀ ਚਰਚਾ ਕਰਾਂਗੇ ਜੋ ਪੰਜਾਬ ਦੇ ਵਿਚ ਜਾਂ ਇੰਡੀਆ ਦੇ ਵਿਚ ਜਾਂ ਅਮਰੀਕਾ ਦੀ ਧਰਤੀ ਦੇ ਵਿਚ ਕੀ ਕੁਛ ਹੋ ਰਿਹਾ ਇਨ੍ਹਾਂ ਕੋਲ ਇਨਫਾਰਮੇਸ਼ਨ ਲੈਂਦੇ ਹਾਂ ਜੱਸੀ ਜੀ ਧੰਨਵਾਦ ਸ਼ੁਕਰੀਆ ਪਹਿਲਾਂ ਅਮੇਜ਼ਿੰਗ ਟੀਵੀ ਦੇ ਵਿਚ ਤੁਸੀਂ ਟਾਈਮ ਦਿੱਤਾ ਆਪਣਾ ਕੀਮਤੀ ਧੰਨਵਾਦ ਧੰਨਵਾਦ ਤੁਹਾਡਾ ਤੇ ਸਾਰੇ ਅਮੇਜ਼ਿੰਗ ਟੀਵੀ ਵੇਖਣ ਵਾਲੇ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੱਸੀ ਜੀ ਅਸੀਂ ਗੱਲਬਾਤ ਕਰਦੇ ਹਾਂ ਅੱਜ ਕਿ ਪੰਜਾਬ ਦੇ ਵਿਚ ਜਿਸ ਤਰ੍ਹਾਂ ਦੇ ਹਾਲਾਤ ਬਣੇ ਪਏ ਨੇ ਸੱਚੇ ਸੌਦੇ ਦੇ ਉੱਤੇ ਜਿਹੜਾ ਡੇਰਾ ਜੋ ਵਿਵਾਦ ਪੱਖਿਆ ਹੋਇਆ ਉਸ ਤੋਂ ਬਾਅਦ ਉਸੇ ਦਿਨ ਹੀ ਉਧਰ ਆਪਣਾ ਇਕ ਨਗਰ ਕੀਰਤਨ ਦੇ ਰੂਪ ਦੇ ਵਿਚ ਜੋ ਚੜ ਕੇ ਆਪਣੀ ਫੌਜਾਂ ਲੈ ਕੇ ਗਿਆ ਜਾਂ ਸਰੂਪ ਲੈ ਕੇ ਗਿਆ ਕਿਸ ਤਰ੍ਹਾਂ ਦੇਖਦੇ ਹੋ ਇਕ ਗੱਡੀ ਉਸ ਮਿਲਣੀ ਬੀਜੇਪੀ ਦੀ ਨੰਬਰ ਪਲੇਟ ਕੀ ਕਹਿੰਦੇ ਹੋ ਇਹ ਬਿਲਕੁਲ ਅੰਮ੍ਰਿਤਪਾਲ ਜਦੋਂ ਨਵੇਂ ਨਵੇਂ ਆਏ ਸੀ ਅਸੀਂ ਸਾਰਿਆਂ ਨੇ ਦੋ ਤਿੰਨ ਮਹੀਨੇ ਪੰਜ ਮਹੀਨੇ ਦਾ ਟਾਈਮ ਦਿੱਤਾ ਸੀ ਵੀ ਦੇਖੀਏ ਇਹ ਕੀ ਹੈ ਇਹ ਚੀਜ਼ ਕੀ ਹੈ ਔਰ ਜਿਵੇਂ ਜਿਵੇਂ ਟਾਈਮ ਨਿਕਲਦਾ ਗਿਆ ਇਹਨਾਂ ਨੇ ਸਾਬਤ ਕਰਤਾ ਹੈ ਕਿ ਇਹ ਕਿਸੇ ਸਾਜਿਸ਼ ਦਾ ਹਿੱਸਾ ਨੇ ਔਰ ਖੁੱਲ ਕੇ ਸਾਹਮਣੇ ਆਇਆ ਕਿ ਜਿਸ ਦਿਨ ਜਿਹੜਾ ਬਰਗਾੜੀ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਦਾ ਕੇਸ ਸੀ ਉਹਦੇ ਉੱਪਰ ਜਦੋਂ ਐਸ ਆਈ ਟੀ ਦਾ ਫੈਸਲਾ ਆਉਣਾ ਸੀ ਉਸੇ ਦਿਨ ਹੀ ਇਹ ਵੱਡਾ ਕਾਂਡ ਹੋਇਆ ਤਾਂ ਕਿ ਉਹ ਫੈਸਲੇ ਨੂੰ ਦੱਬਿਆ ਜਾ ਸਕੇ ਔਰ ਜਿਸ ਦਿਨ ਪੰਜਾਬ ਵਿਚ ਇਕ ਇਨਵੈਸਟਮੈਂਟ ਹੋਣੀ ਸੀ ਸੈਮੀਨਾਰ ਚੱਲ ਰਿਹਾ ਸੀ ਮੋਹਾਲੀ ਵਿਚ ਉਸ ਦਿਨ ਹੀ ਲੱਗ ਰਿਹਾ ਸੀ ਕਿ ਇਹ ਕਾਂਡ ਕੀਤਾ ਜਾਏ ਕਿ ਉਧਰ ਵੀ ਲੋਕਾਂ ਦਾ ਧਿਆਨ ਨਾ ਜਾਏ ਹੁਣ ਅੰਮ੍ਰਿਤਪਾਲ ਜੀ ਕਹਿੰਦੇ ਨੇ ਬਈ ਅਸੀਂ ਸਿੱਖ ਜਿਹੜੇ ਹਾਂ ਗੁਲਾਮ ਹਾਂ ਤੁਸੀਂ ਕਿੱਥੋਂ ਗੁਲਾਮ ਹੋ ਤੁਸੀਂ ਗੁਲਾਮੀ ਦੀ ਗੱਲ ਕਰਦੇ ਹੋ ਅੱਜ ਮੋਹਾਲੀ ਵਿਚ ਹਰਿਆਣਾ ਦੇ ਸੋਰੀ ਪੰਚਕੁਲਾ ਵਿਚ ਹਰਿਆਣਾ ਦੇ ਸਰਪੰਚਾਂ ਨੇ ਪ੍ਰੋਟੈਸਟ ਕੀਤਾ ਖੱਟਰ ਸੀਐਮ ਦੇ ਘਰ ਦੇ ਬਾਹਰ ਪੁਲਿਸ ਨੇ ਕੁੱਟ ਕੁੱਟ ਕੇ ਉਹ ਉਨ੍ਹਾਂ ਦੇ ਉੱਪਰ ਕੁਟਾਪਾ ਚਾੜਿਆ ਔਰ ਉਹ ਸਾਰੇ ਨਾਨ ਸਿੱਖ ਸਨ ਤੇ ਅੱਜ ਸਿੱਖਾਂ ਦਾ ਜਿਹੜਾ ਅੰਮ੍ਰਿਤਪਾਲ ਜੀ ਤੁਹਾਡਾ ਜਿਹੜਾ ਕਾਫਿਲਾ ਜਿਹੜਾ ਤੁਸੀਂ ਲੈ ਕੇ ਗਏ ਹੋ ਤੇ ਪੁਲਿਸ ਸਟੇਸ਼ਨ ਤੇ ਹਮਲਾ ਕੀਤਾ ਗੁਰੂ ਗ੍ਰੰਥ ਸਾਹਿਬ ਦੀ ਆੜ ਵਿਚ ਉੱਥੇ ਅਸੀਂ ਆਪ ਆਪਣੀ ਅੱਖਾਂ ਨਾਲ ਵਿਜੁਅਲ ਦੇਖੇ ਨੇ ਕਿ ਪੁਲਿਸ ਵਾਲਿਆਂ ਨੇ ਤੁਹਾਡੇ ਉੱਪਰ ਹੱਥ ਨਹੀਂ ਚਲਾਏ ਤੇ ਤੁਸੀਂ ਹਾਲੇ ਵੀ ਗੁਲਾਮ ਹੋ ਤੁਹਾਡੀ ਪੰਜਾਬ ਵਿਚ ਮੈਨੂੰ ਦੱਸ ਦਿਓ ਪਿਛਲੇ ਕਿੰਨੇ ਸਾਲਾਂ ਤੋਂ ਤੁਹਾਡੇ ਸਿੱਖ ਚੀਫ ਮਿਨਿਸਟਰ ਨੇ ਪੁਲਿਸ ਦੇ ਆਲਾ ਅਫਸਰ ਤੁਹਾਡੇ ਸਿੱਖ ਨੇ ਕਾਹਦੀ ਗੁਲਾਮੀ ਤੁਸੀਂ ਖਾਲਿਸਤਾਨ ਦੀ ਮੰਗ ਕਰਦੇ ਹੋ ਤੇ ਖਾਲਿਸਤਾਨ ਚਲਾਉਣ ਵਾਸਤੇ ਉਪਰੋਂ ਏਂਜਲਸ ਆਣਗੇ ਇਹੀ ਬੰਦਿਆਂ ਚੋਂ ਤੁਸੀਂ ਖਾਲਿਸਤਾਨ ਚਲਾਓਗੇ ਤੇ ਹੁਣ ਵੀ ਤੇ ਪੰਜਾਬ ਨੂੰ ਕੌਣ ਚਲਾ ਰਿਹਾ ਅਸੀਂ ਸਿੱਖ ਹੀ ਚਲਾ ਰਹੇ ਹਾਂ ਤੇ ਇਹ ਜਿਹੜੀ ਯੂਥ ਨੂੰ ਭੜਕਾਇਆ ਜਾਂਦਾ ਹੈ ਯੂਥ ਨੂੰ ਜਿਹੜਾ ਇਹ ਵਰਗਲਾਇਆ ਜਾਂਦਾ ਹੈ ਇਹ ਬਹੁਤ ਮਾੜੀ ਗੱਲ ਹੈ ਇਹਨੂੰ ਬਿਲਕੁਲ ਔਰ ਇਹਦੇ ਵਿਚ ਮੈਂ ਸਮਝਦਾ ਕਿ ਸਿਆਸੀ ਤਾਕਤਾਂ ਨੇ ਜਿਨ੍ਹਾਂ ਦਾ ਹੱਥ ਹੈ ਇਹਦੇ ਵਿਚ ਸਾਰੀ ਪਾਰਟੀਆਂ ਦਾ ਹੱਥ ਹੈ ਔਰ ਮੈਂ ਇਹਨਾਂ ਨੂੰ ਪੋਲੀਟੀਸ਼ੀਅਨਸ ਨੂੰ ਇਹ ਕਵਾਂਗਾ ਕਿ ਇਹਨੂੰ ਇੱਥੇ ਹੀ ਰੋਕ ਲਓ ਜੀ ਜਸਦੀਪ ਜੀ ਅਸੀਂ ਗੱਲਬਾਤ ਕਰਦੇ ਹਾਂ ਕਿ ਤੁਸੀਂ ਬਿਲਕੁਲ ਸਹੀ ਕਿਹਾ ਕਿ ਤੁਹਾਨੂੰ ਕੀ ਲੱਗਦਾ ਕਿ ਅੰਮ੍ਰਿਤਪਾਲ ਦੇ ਨਾਲ ਫਾਇਦਾ ਕਿਸ ਪੋਲੀਟੀਸ਼ੀਅਨ ਨੂੰ ਹੈ ਕਿਸ ਸਰਕਾਰ ਨੂੰ ਹੈ ਤੇ ਕਿਉਂ ਹੈਗਾ ਉਹਦੇ ਬਾਰੇ ਥੋੜੀ ਜਿਹੀ ਜਾਣਕਾਰੀ ਲਓ ਤੁਸੀਂ ਬਰੀਕੀ ਦੇ ਵਿਚ ਤੁਸੀਂ ਡੀਪਲੀ ਤੁਸੀਂ ਅੱਖ ਰੱਖੀ ਹੋਈ ਹੈ ਬਾਜਾ ਤੁਸੀਂ ਇਹਦੇ ਮੈਂ ਸਮਝਦਾ ਤੁਸੀਂ ਸਾਰੇ ਸਿਆਣੇ ਹੋ ਤੁਹਾਨੂੰ ਆਪ ਦੋ ਤੇ ਦੋ ਚਾਰ ਕਰਨਾ ਚਾਹੀਦਾ ਤੁਸੀਂ ਹਿਸਾਬ ਲਗਾਓ ਜਿਸ ਮੁਲਕ ਵਿਚ ਸਰਦਾਰ ਦਰਸ਼ਨ ਸਿੰਘ ਜੀ ਧਾਲੀਵਾਲ ਜਿਹੜੇ ਕਿ ਕਿਸਾਨ ਮੋਰਚੇ ਵਿਚ ਲੰਗਰ ਦੀ ਸੇਵਾ ਕਰ ਰਹੇ ਸਨ ਉਨ੍ਹਾਂ ਨੂੰ ਰੋਕ ਕੇ ਡਿਪੋਰਟ ਕੀਤਾ ਗਿਆ ਸੀ ਤੇ ਉਸੇ ਏਅਰਪੋਰਟ ਤੋਂ ਅੰਮ੍ਰਿਤਪਾਲ ਜੇ ਖਾਲਿਸਤਾਨੀ ਕਿਵੇਂ ਅੰਦਰ ਆ ਗਏ ਕਿਹਦਾ ਹੱਥ ਸੀ ਇਹਦੇ ਪਿੱਛੇ ਠੀਕ ਹੈ ਕਿ ਨਹੀਂ PFI ਜਿਹੜੀ ਮੁਸਲਮਾਨਾਂ ਦੀ ਆਰਗੇਨਾਈਜੇਸ਼ਨ ਹੈ ਉਹਨੂੰ 2 ਘੰਟਿਆਂ ਵਿਚ ਮੋਦੀ ਸਰਕਾਰ ਨੇ ਪੂਰੇ ਇੰਡੀਆ ਵਿਚ ਬੰਦ ਕਰਤਾ ਸੀ ਤੇ ਅੰਮ੍ਰਿਤਪਾਲ ਜੀ ਕਿਵੇਂ ਖਾਲਿਸਤਾਨ ਦੀ ਖੁੱਲੀ ਗੱਲਾਂ ਕਰੀ ਜਾ ਰਹੇ ਨੇ ਤੇ ਕੋਈ ਕਾਰਵਾਈ ਨਹੀਂ ਹੋ ਰਹੀ ਪੁਲਿਸ ਸਟੇਸ਼ਨ ਤੇ ਜਾ ਕੇ ਉਹ ਪੰਜਾਬ ਪੁਲਿਸ ਇੰਨੀ ਕਮਜ਼ੋਰ ਹੋ ਗਈ ਹੈ ਕਿ ਇੱਕ ਦਿਨ ਬੰਦਾ ਫੜ ਲੈਂਦੀ ਤੇ ਅਗਲੇ ਦਿਨ ਕੋਈ ਆਏ ਤੇ ਉਹਨੂੰ ਛੱਡ ਦਿੰਦੀ ਹੈ ਇਹ ਸਭ ਸਾਜਿਸ਼ ਦਾ ਕੰਮ ਚੱਲ ਰਿਹਾ ਇਸ ਵਿਚ ਜੇ ਤੁਸੀਂ ਆਪ ਹਿਸਾਬ ਲਗਾਓ ਕਿ ਆਪੋਜੀਸ਼ਨ ਦੀ ਕਿਹੜੀਆਂ ਕਿਹੜੀਆਂ ਪਾਰਟੀਆਂ ਨੂੰ ਇਹਦੇ ਨਾਲ ਫਾਇਦਾ ਹੋਣਾ ਅੰਮ੍ਰਿਤਪਾਲ ਜੀ ਕੋਲ ਇੱਕ ਮਰਸਡੀਜ਼ ਗੱਡੀ ਨਿਕਲੀ ਹੈ ਵੈਸੇ ਤੇ ਉਹ ਬਾਣਾ ਪਾਉਂਦੇ ਨੇ ਕਹਿੰਦੇ ਸਾਡੇ ਗੁਰੂ ਦੇ ਵੇਲੇ ਦੀ ਨਿਸ਼ਾਨੀਆਂ ਨੇ ਮਰਿਆਦਾ ਹੈ ਪਰ ਘੁੰਮਦੇ ਮਰਸਡੀਜ਼ ਗੱਡੀ ਵਿਚ ਨੇ ਤੇ ਘੋੜੇ ਤੇ ਕਿਉਂ ਨਹੀਂ ਆ ਜਾਂਦੇ ਬਈ ਮਰਸਡੀਜ਼ ਵਿਚ ਫਿਰਨ ਦੀ ਕੀ ਲੋੜ ਹੈ ਔਰ ਮਰਸਡੀਜ਼ ਦਾ ਜਿਹੜੀ ਉਹਨਾਂ ਦੀ ਗੱਡੀ ਹੈ ਉਹਦਾ ਵੀ ਹੁਣ ਜਿਹੜੀ ਨਿਕਲੇ ਨੇ ਕਾਗਜ਼ ਸਾਰੇ ਬੀਜੇਪੀ ਦੇ MLA ਦੇ ਨੇ ਤੇ ਇਹ ਤੁਸੀਂ ਵੇਖੋ ਨਾ ਤਾਰਾਂ ਕਿੱਧਰ ਜੁੜ ਰਹੀਆਂ ਨੇ ਇਹ ਲੱਗਦਾ ਕਿ ਬੀਜੇਪੀ ਸਰਕਾਰ ਪੂਰੀ ਇਨਵੋਲਵ ਹੈ ਕਿ ਪੰਜਾਬ ਦੇ ਵਿਚ ਕਿਉਂ ਹਾਲਾਤ ਕਰ ਰਹੇ ਕਿ ਆਮ ਆਦਮੀ ਪਾਰਟੀ ਬੀਜੇਪੀ ਨਹੀਂ ਇਹਦੇ ਪਿੱਛੇ ਏਜੰਸੀਆਂ ਇਨਵੋਲਵ ਨੇ ਇਹਦੇ ਪਿੱਛੇ ਅਕਾਲੀ ਦਲ ਇਨਵੋਲਵ ਇਹਦੇ ਪਿੱਛੇ ਕਈ ਆਪੋਜੀਸ਼ਨ ਪਾਰਟੀਆਂ ਇਨਵੋਲਵ ਨੇ
जिस तरह आम आदमी पार्टी बहुत चंगा काम कर रही है पंजाब दे उन्हों रोलन दी एक तैयारी है। आम आदमी पार्टी जे चंगा काम करे तो उन्हों दी पुलिस ने इन्हों रोकना चाहिए सी। ए भी आम आदमी पार्टी दी मैं कहांगा नाकामी है। जे रोकते जसी जी के बरगाड़ी वाले असि अज तक नहीं भुले तुहानू नहीं लगता अज पांच दिन बाद केड़ी बरगाड़ी चल रही है हुण केस क्यों नहीं हो रहे अमृतपाल ते अज तो पांच दिन हो गए ने इस हादसे नू छे दिन हो गए ने हुण क्यों नहीं केस कर दी पंजाब पुलिस। लेकिन पंजाब पुलिस ने गुरु ग्रंथ साहब दी भीड़ सामने पई है हुण ते केस कर सकदे ने। नहीं उन्होंने तो कहा कि आपां वीडियोग्राफी करांगे कि उन्होंने कार्रवाई भी होगी जद तुहानू ते मैनू वीडियो विच नजर आ रहा है किहड़े बंदे सी कौन सी ते इन्हां नू कारवाई करन च की दे रहे हुण किन्नी किन्नी वीडियो यश चोपड़ा नू बुला के पूरी फिल्म बनानी इन्हां ने। इहदे विच तुसीं देख रहे हो कि सरदार भी बहुत घट सी ते मोने सी जिन्हां ने पटके बन्ने होए सी क्योंकि गुंडे नहीं लग रहे सी कि जब भैया है इत्थे सरदार मोने दी गल है ही नहीं इत्थे जिहड़ी विजुअल्स ने उहदे च सिखां ने सिख पुलिस वालियां ते अटैक हो रहे सी और जिहड़ी कि बहुत ही माड़ी गल है कि सानू आपस विच पालिया जा रहा है और अमृतपाल जिहड़ा कि इस जिन्हों की असी हुणे ही जे असी नहीं रोकिया ते ए अगे जाके बहुत वड्डा खतरा बनेगा और ए अपने आप नूं कहिंदा मैं पिंडरां वाले दा ए पिंडरां वाले दे एक जिन्हों कहिंदे ना उहनां दी शहादत उहनां दी जिहड़ी शख्सियत सी संत जरनैल सिंह खालसा पिंडरां वाले दी ए उहनां दे एक रत्ती भर भी उन्हां दे नाल नहीं रलदा। गलबात करदे आ जसदीप जी जिदां अकाली दल तुसीं देखदे पे हो कि पिंडरां वाले दे नाल सी लेकिन अज क्यों उहदा विरोध कर रहे अमृतपाल दा अकाली दल हमेशा विरोध करदा रहा। मैं पोलिटिकल पार्टियां जिहड़ियां ने हमेशा इन्हां दे उपर कोई यकीन नहीं है इन्हां दे पोलिटिकल अकाली दल जिहड़ा है इन्हां दा कोई यकीन नहीं। आप हुण SIT दी जांच विच फसे होए ने ते सरदार प्रकाश सिंह बादल और सुखबीर सिंह बादल दोनों फसे होए ने इन्हां दे दोवां दे नां आए ने राम रहीम दे नाल इन्हां दे सारे संबंध निकल आए ने ते इह आप झूठे ने और इन्हां दे अकाली दल होए भावें कांग्रेस होए भावें BJP होए भावें आम आदमी पार्टी होए इह पॉलिटिशियंस नूं अज सानू सिख कौम नूं वार्न करना चाहिए है कि साडे नाल इह गेम्स ना खेडो जिहड़ियां तुसीं 84 विच साडे नाल खेडियां ने और पंजाब नूं 20-30 साल भुगतना पिया इह गेमां हुण ना शुरू करो और सानू असीं लोकां नूं इह आवाज़ उठानी पई कि इह अजे गेमां नहीं साडे नाल खेलनियां हुण। एक सियासत नाल प्लान किया गया जो तुहानू लग रहा कि तुहाडी जो तुहाडी सोच दे मुताबिक अमृतपाल एक प्लान किया होया बंदा सो असीं गलबात करदे आं कि जिस तरह पंजाब दे विच सच्चे सौदे वाले नूं जिवें आपां बरगाड़ी कांड दे विच फिर साडे लिख देना गुरु ग्रंथ साहिब दे कि मैं पत्रे पाड़े ने जां कुछ लिख के कंधां ते ला देना उन्हां दे उत्ते जांच ना होना कि उह वी इक जिहड़े ताकतां दा हाथ है जो बाहर दीआं ताकतां दा हाथ है जो डेरे वाले संतां दा जो डेरे चलांदे ने जो बिल्कुल बिल्कुल पंजाब दा पॉलिटिकल हर डेरा जिहड़ा पॉलिटिकल पार्टी नाल जुड़िया होया हर डेरे दे इलेक्शन वेले सारे उस डेरे कोल वोटां लैण जांदे ने और फिर जिहड़ी ओपोजिशन आउंदी उस डेरे नूं फिर यूज करदी है। बिल्कुल तुहाडी गल इह मननी पेगी कुछ वीडियो जां फोटोआं भी वायरल होईआं सी जो उहनां दे पैरी बैठ के देखे गए ने बहुत शर्मनाक गल है। एक सिख नूं गुरु ग्रंथ साहिब दे अगे मत्था टेकना चाहिए ना कि किसी डेरे वाले दे कोल जाके मत्था टेकना चाहिए। सरदार प्रकाश सिंह बादल सरदार सुखबीर सिंह बादल कईयां दी मैं फोटोआं वेखियां ने जिहड़े सिख जांदे ने डेरियां ते बिल्कुल गलत गल है। ते ओ अमरिंदर ते की कहोगे तुसीं हुण जो BJP ते जाके बैठा होया कि इह चाहुंदा जे चाहुंदा ते उहनां नूं इह केस पहलां ही उठ सकदा है कि नहीं उठा सकदे। सर अमरिंदर सिंह जिहड़े ने ओ इक राजा महाराजा परिवार तों ने ओ असलियत तों कोसों दूर ने ਉਹਨਾਂ ਨੂੰ ਆਪਣੀ ਇੱਕ ਜਿਹੜੀ ਰਾਜਸ਼ਾਹੀ ਜ਼ਿੰਦਗੀ ਏ ਉਹ ਬਤੀਤ ਕਰਦੇ ਨੇ ਉਹਨਾਂ ਦੇ ਹੁਣ ਸਾਰਿਆਂ ਨੂੰ ਪਤਾ ਹੈ ਉਹਨਾਂ ਦੇ ਕਿਹੜੇ ਕਿਹੜੇ ਅਫੇਅਰ ਕਿੱਥੇ ਕਿੱਥੇ ਨੇ ਤੇ ਉਹ ਉਹਨਾਂ ਦਾ ਇੱਕ ਪੰਜਾਬ ਦੀ ਅਸਲੀਅਤ ਨਾਲ ਕੋਈ ਲੈਣਾ ਦੇਣਾ ਨਹੀਂ ਤੇ ਉਹਨਾਂ ਨੂੰ ਉਹ ਹੁਣ ਉਹਨਾਂ ਨੂੰ ਫਾਇਦਾ ਉਧਰ ਦਿਖਿਆ ED ਦੇ ਕੁਝ ਕੇਸ ਆਏ ਸੀ ਉਹਨਾਂ ਦੇ ਸੁਪੁੱਤਰ ਉੱਪਰ ਤੇ ਉਹ ਫਟਾਫਟ ਪਹਿਲੇ ਦਿਨ ਤੋਂ ਹੀ ਉਹ ਅੰਦਰੋਂ BJP ਨਾਲ ਅਲਾਈਨਡ ਸੀ ਤੇ ਹੁਣ ਖੁੱਲ ਕੇ BJP ਚਲੇ ਗਏ ਨੇ। ਇਸੀ ਜਸਦੀਪ ਸਿੰਘ ਜੈਸੀ ਬਣੇ ਰਹੋ ਤੁਸੀਂ ਅਮੇਜ਼ਿੰਗ TV ਤੇ ਮਿਲਦੇ ਆ 2 ਮਿੰਟ ਦੀ ਬ੍ਰੇਕ ਤੋਂ। ਆਫ ਅਮਰੀਕਾ ਵੱਲੋਂ ਹੋਲੇ ਮਹੱਲੇ ਦੀਆਂ ਲੱਖ ਲੱਖ ਵਧਾਈਆਂ ਹੋਣ। ਬਾਦਸ਼ਾਹ ਦਰਵੇਸ਼ ਗੁਰ ਗੋਬਿੰਦ ਸਿੰਘ।
ਹੋਲੇ ਮਹੱਲੇ ਤੇ ਆਨੰਦਪੁਰ ਸਾਹਿਬ ਵਿਖੇ 6 ਮਾਰਚ ਤੋਂ ਲੈ ਕੇ 8 ਮਾਰਚ ਤੱਕ ਸਿੱਖਸ ਆਫ ਅਮਰੀਕਾ ਵੱਲੋਂ ਸੇਵਾ ਕੀਤੀ ਜਾ ਰਹੀ ਹੈ, ਜਿਸ ਦੇ ਵਿੱਚ ਲੋੜਵੰਦਾਂ ਲਈ ਫ੍ਰੀ ਦਵਾਈਆਂ ਦਾ ਮੈਡੀਕਲ ਕੈਂਪ ਲਗਾਇਆ ਜਾਵੇਗਾ। ਇਸ ਵਿੱਚ ਮੁੱਖ ਸਹਿਯੋਗੀ ਹਨ ਵਰਿੰਦਰ ਸਿੰਘ, ਆਲ ਇੰਡੀਆ ਕੋਆਰਡੀਨੇਟਰ ਸਿੱਖ ਆਫ ਅਮਰੀਕਾ, ਬਲਜਿੰਦਰ ਸਿੰਘ ਸ਼ਾਮੀ, ਵਾਈਸ ਪ੍ਰੈਜ਼ੀਡੈਂਟ ਸਿੱਖਸ ਆਫ ਅਮਰੀਕਾ, ਕਨਵਲਜੀਤ ਸਿੰਘ ਸੋਨੀ, ਪ੍ਰੈਜ਼ੀਡੈਂਟ ਸਿੱਖਸ ਆਫ ਅਮਰੀਕਾ, ਜਸਦੀਪ ਸਿੰਘ ਜੈਸੀ, ਚੇਅਰਮੈਨ ਸਿੱਖਸ ਆਫ ਅਮਰੀਕਾ। ਇਸ ਵਿੱਚ ਡਾਕਟਰਾਂ ਦਾ ਸਹਿਯੋਗ ਰਹੇਗਾ, ਡਾਕਟਰ ਰਮਾ ਸਹਿਗਲ, ਡਾਕਟਰ ਅਸ਼ੋਕ ਸਹਿਗਲ, ਡਾਕਟਰ ਅਨਿਲ ਕਪੂਰ। ਕਿਸੇ ਨੇ ਕੋਈ ਵੀ ਜਾਣਕਾਰੀ ਲੈਣੀ ਹੋਵੇ ਤਾਂ ਇਹਨਾਂ ਨੰਬਰਾਂ 'ਤੇ ਸੰਪਰਕ ਕਰ ਸਕਦੇ ਹੋ, 9852215000। ਸਿੱਖਸ ਆਫ ਅਮਰੀਕਾ ਵੱਲੋਂ ਸਮੂਹ ਸਾਧ ਸੰਗਤਾਂ ਨੂੰ ਹੋਲੇ ਮਹੱਲੇ ਦੀਆਂ ਲੱਖ ਲੱਖ ਵਧਾਈਆਂ ਹੋਣ। ਸ਼ੁਕਰੀਆ ਤੁਸੀਂ ਅਮੇਜ਼ਿੰਗ ਟੀਵੀ ਤੇ ਬਣੇ ਰਹਿਣ ਦਾ। ਅਸੀਂ ਫਿਰ ਗੱਲਬਾਤ ਜਾਰੀ ਰੱਖਾਂਗੇ। ਅਸੀਂ ਜੋ ਦਿੱਲੀ ਦੇ ਵਿੱਚ ਇਸ ਟਾਈਮ ਆਮ ਆਦਮੀ ਪਾਰਟੀ ਦੇ ਬੰਦਿਆਂ ਨੂੰ ਚੁੱਕਿਆ ਜਾ ਰਿਹਾ, ਕੀ ਕਹੋਗੇ ਤੁਸੀਂ? ਆਮ ਆਦਮੀ ਪਾਰਟੀ ਦੇ ਬੰਦਿਆਂ ਨੂੰ ਦੇਖੋ, ਪੰਜਾਬ ਦੀ ਜਿਹੜੀ ਸਿਆਸਤ ਹੈ ਨਾ, ਸਭ ਤੋਂ ਵੱਡੀ ਗਲਤੀ ਸਾਡੀ ਕਿ ਅਸੀਂ ਹਰ ਗੱਲ ਸੈਂਟਰ ਤੇ ਪਾ ਦਿੰਦੇ ਹਾਂ ਬਈ ਸੈਂਟਰ ਕਰ ਰਹੀ ਹੈ, ਬਈ ਇਹ ਤੇ ਜੀ ਮੋਦੀ ਕਰਾ ਰਿਹਾ। ਉਹ ਬਿਲਕੁਲ ਗਲਤ ਹੈ। ਪੰਜਾਬ ਦੀ ਸਿਆਸਤ ਪੰਜਾਬ ਵਿੱਚੋਂ ਹੁੰਦੀ ਹੈ। ਅੱਜ ਪੰਜਾਬ ਵਿੱਚ ਬਾਦਲ ਪਰਿਵਾਰ ਨੇ 15 ਸਾਲ ਰਾਜ ਕੀਤਾ ਹੈ। ਹਾਲੇ ਵੀ ਉਹਨਾਂ ਦੇ ਓਨੈਸਟ ਜਿਹੜੀ ਉਹਨਾਂ ਦੇ ਬੰਦੇ ਹੈ ਨੇ, ਜਿਹੜੇ ਉਹਨਾਂ ਵੱਲ ਜਿਨ੍ਹਾਂ ਦੀ ਲਾਇਲਟੀ ਹੈ, ਪੁਲਿਸ ਵਿੱਚ ਵੀ, ਹਰ ਮਹਿਕਮੇ ਚ ਨੇ। ਤੁਸੀਂ ਇਹ ਨਹੀਂ ਕਹਿ ਸਕਦੇ ਕਿ ਜਿਸ ਸੂਬੇ ਵਿੱਚ ਕਾਂਗਰਸ ਤੇ ਅਕਾਲੀ ਦਲ ਨੇ ਪਿਛਲੇ 60-75 ਸਾਲ ਤੋਂ ਰਾਜ ਕੀਤਾ ਹੋਏ ਤੇ ਇੱਕ ਨਵੀਂ ਪਾਰਟੀ ਆ ਗਈ ਤੇ ਬਿਊਰੋਕਰੇਸੀ ਜਿਹੜੀ ਹੈ, ਜਿਹੜੀ ਪੁਲਿਸ ਦੇ ਡਿਪਾਰਟਮੈਂਟਸ ਨੇ, ਉਹ ਸਾਰਿਆਂ ਦੀ ਲਾਇਲਟੀ ਨਹੀਂ ਚੇਂਜ ਹੁੰਦੀ ਇਕਦਮ। ਉਹ ਕੁਝ ਕਾਂਗਰਸ ਤੇ ਅਕਾਲੀ ਦਲ ਚ ਅੱਜ ਵੀ ਲਾਇਲ ਨੇ, ਔਰ ਆਮ ਆਦਮੀ ਪਾਰਟੀ ਨੂੰ ਇਹੀ ਭੁਗਤਣਾ ਪੈ ਰਿਹਾ ਕਿ ਹਾਲੀ ਬਿਊਰੋਕਰੇਸੀ ਉਹਨਾਂ ਦੇ ਨਾਲ ਨਹੀਂ ਹੈ, ਹਾਲੀ ਪੁਲਿਸ ਮਹਿਕਮੇ ਉਹਨਾਂ ਦੇ ਨਾਲ ਨਹੀਂ ਨੇ। ਹੌਲੀ ਹੌਲੀ ਆਣਗੇ, ਪਰ ਇਹ ਬਿਲਕੁਲ ਜਿਹੜਾ ਹਰ ਗੱਲ ਦਾ ਅਸੀਂ ਜਿਹੜਾ ਪੰਜਾਬ ਵਿੱਚ ਜੇ ਕੋਈ ਚੰਗੀ ਗੱਲ ਹੋਏ ਤੇ ਕ੍ਰੈਡਿਟ ਆਪ ਲੈ ਲੈਣਾ, ਜੇ ਕੋਈ ਮਾੜੀ ਗੱਲ ਹੋਏ ਉਹਦਾ ਕਹਿਣਾ ਜੀ ਮੋਦੀ ਕਰਾ ਰਿਹਾ, ਇਹ ਵੀ ਬਿਲਕੁਲ ਗਲਤ ਹੈ। ਦਸੋਦੀਆ ਦੀ ਸਕੂਲਾਂ ਦੇ ਚੰਗੇ ਕੰਮ ਕਰ ਰਹੇ ਸੀ, ਤੁਹਾਨੂੰ ਨਹੀਂ ਲੱਗਦਾ ਕਿ ਉਹਨਾਂ ਦਾ ਜੋ ਨਿਊਯਾਰਕ ਦੇ ਟਾਈਮ ਦੇ ਵਿੱਚ ਵੀ ਨਾਮ ਵੀ ਆਇਆ ਸੀ ਸਕੂਲ ਦਾ? ਮਨੀਸ਼, ਦਸੋਦੀਆ ਦੀ ਜਿਹੜੀ ਗੱਲ ਹੈ ਦਿੱਲੀ ਵਿੱਚ, ਜਿਹੜਾ ਉਹਦੀ ਤੁਸੀਂ ਗੱਲ ਕਰ ਰਹੇ ਹੋ ਆਮ ਆਦਮੀ ਪਾਰਟੀ ਦੀ, ਉਹਦੇ ਵਿੱਚ ਇਹ ਹੈ ਕਿ ਜੇ ਤੁਸੀਂ ਰੈਕਰਡ ਵੇਖੋ ਤੇ ਇਸ ਮੋਦੀ ਗਵਰਨਮੈਂਟ ਵਿੱਚ ਐਡਮਿਨਿਸਟ੍ਰੇਸ਼ਨ ਵਿੱਚ CBI ਨੇ 123 ਛਾਪੇ ਮਾਰੇ ਨੇ, ਜਿਹਦੇ ਚੋਂ 118 ਓਪੋਜੀਸ਼ਨ ਤੇ ਸੀ। ED ਨੇ 121 ਮਾਰੇ ਨੇ, ਜਿਹਦੇ ਵਿੱਚੋਂ 116 ਓਪੋਜੀਸ਼ਨ ਤੇ ਸੀ। ਮਤਲਬ 90% ਤੋਂ ਜ਼ਿਆਦਾ ਛਾਪੇ ਜਿਹੜੇ ਨੇ ਉਹ ਓਪੋਜੀਸ਼ਨ ਦੇ ਹੀ ਸਿਰਫ ਵੱਜੇ ਨੇ। ਉਸ ਤੋਂ ਬਾਅਦ ਜਿਹੜੇ ਲੋਕ ਪਾਰਟੀਆਂ ਛੱਡ ਕੇ, ਜਿਨ੍ਹਾਂ ਦੇ ਉੱਪਰ ED ਦੀ ਜਾਂਚ ਚੱਲ ਰਹੀ ਸੀ ਜਾਂ CBI ਦੀ ਇਨਕੁਆਰੀਆਂ ਚੱਲ ਰਹੀ ਸੀ, ਜਿਵੇਂ ਹੀ ਉਹ BJP ਵਿੱਚ ਸ਼ਾਮਲ ਹੋਏ, ਉਹ ਜਿਵੇਂ ਵਾਸ਼ਿੰਗ ਮਸ਼ੀਨ ਚ ਕੱਪੜਾ ਨਹੀਂ ਧੁੱਲ ਜਾਂਦਾ, ਉਵੇਂ ਉਹ ਸਾਫ਼ ਹੋ ਕੇ ਉਹਨਾਂ ਦੀ ਇਨਕੁਆਰੀਆਂ ਵੀ ਰੁਕ ਗਈਆਂ ਤੇ ਜਾਂਚ ਵੀ ਬੰਦ ਹੋ ਗਈ। ਠੀਕ ਹੈ, ਡਰਾ ਧਮਕਾ ਕੇ ਉਹਨਾਂ ਨੂੰ ਆਪਣੇ ਨਾਲ ਜੋੜਨ ਦੀ ਕੋਸ਼ਿਸ਼, ਡਰਾ ਧਮਕਾ ਕੇ ਜਾਂ ਉਹਨਾਂ ਨੂੰ ਉਹਨਾਂ ਨਾਲ ਸਮਝੌਤਾ ਕਰਕੇ, ਤੇ ਉਹ ਜਿਵੇਂ ਹੀ BJP ਜਾਂਦੇ ਨੇ ਤੇ ਉਹ ਕਲੀਨ ਹੋ ਜਾਂਦੇ ਨੇ। ਪਰ ਜਦੋਂ ਇਹ ਰੈਕਰਡਸ ਦੱਸ ਰਹੇ ਨੇ, ਜਦੋਂ ਕਿ ਮਨਮੋਹਨ ਸਿੰਘ ਦੀ ਗਵਰਨਮੈਂਟ ਸੀ ਉਸ ਵੇਲੇ 60-40 ਦਾ ਸੀ, 60% ਓਪੋਜੀਸ਼ਨ ਤੇ ਚਲਦੀ ਸੀ, 40% ਕਾਂਗਰਸ ਦੇ ਆਪਣੇ ਇਨਕੁਆਇਰੀਆਂ ਚਲਦੀਆਂ ਸਨ, ਉਹਨਾਂ ਤੇ ਚਲਦੇ ਸੀ ਜੋ ਉਹਨਾਂ ਦੇ ਨਾਲ ਹਾਂ ਚ ਹਾਂ ਨਹੀਂ ਮਿਲਾਉਂਦੇ ਸੀ। ਨਹੀਂ, ਐਸੀ ਵੀ ਗੱਲ ਨਹੀਂ, ਕਾਂਗਰਸ ਵੇਲੇ ਮਨਮੋਹਨ ਸਿੰਘ ਐਟਲੀਸਟ ਵੇਲੇ, ਕਾਂਗਰਸ ਨਹੀਂ ਕਹਾਂਗਾ ਪਰ ਸਰਦਾਰ ਮਨਮੋਹਨ ਸਿੰਘ ਵੇਲੇ ਕਾਫੀ ਫੇਅਰ, ਜਿਹੜੀ ਜਿਹਨੇ ਵੀ ਏਜੰਸੀਆਂ ਸੀ CBI ED, ਇਹ ਬਿਲਕੁਲ ਪ੍ਰਾਈਮ ਮਿਨਿਸਟਰ ਆਫਿਸ ਦਾ, ਐਡਮਿਨਿਸਟ੍ਰੇਸ਼ਨ ਦਾ, ਹੋਮ ਮਿਨਿਸਟਰ ਦਾ, ਇਹਨਾਂ ਦੇ ਉੱਪਰ ਕੋਈ ਸੀਗਾ ਨਹੀਂ। ਪਰ ਹੁਣ ਜਿਹੜਾ ਦੇਖਣ ਚ ਆ ਰਿਹਾ ਉਹ ਜਿਹੜੇ ਫੈਕਟਸ ਨੇ ਕਿ 90% ਤੋਂ ਉੱਪਰ ਓਪੋਜੀਸ਼ਨ ਦੀ ਹੀ ਹੋ ਰਹੀ ਹੈ, ਮਤਲਬ BJP ਚ ਕੋਈ ਕਰਪਟ ਨਹੀਂ ਹੈ। ਇਹ ਕਿੱਥੋਂ ਦੇ ਸਟੈਟਿਕਸ ਨੇ? ਤੇ ਬਿਲਕੁਲ ਇਹ ਦੇਖਣ ਵਾਲੇ ਤੱਥ ਨੇ। ਇਹਨਾਂ ਨੂੰ, ਏਜੰਸੀਆਂ ਨੂੰ, ED ਨੂੰ, CBI ਨੂੰ, ਇਹਨਾਂ ਨੂੰ ਸਾਰਿਆਂ ਨੂੰ ਆਪਣੇ ਇਹ ਡੇਟਾ ਦੇਖਣਾ ਚਾਹੀਦਾ ਵੀ ਅਸੀਂ ਕੀ ਕਰ ਰਹੇ ਹਾਂ। ਚਲੋ ਜੇ ਕਿਸੇ ਨੇ ਗਲਤ ਕੰਮ ਕੀਤਾ ਹੈ ਉਹਨੂੰ ਪਕੜੋ, ਪਰ ਨਾਲ ਹੀ ਇਹ ਤੇ ਨਹੀਂ ਕਿ ਇੱਕੋ ਹੀ ਪਾਰਟੀ ਕਰਪਟ ਹੈ ਜਾਂ ਸਿਰਫ ਓਪੋਜੀਸ਼ਨ ਹੀ ਕਰਪਟ ਹੈ।
अपने अंदर भी झाती मारो जी। जसदीप जी असी गलबात करदे आ रणजीत सिंह ढड्डरी वाला जो एक नौजवान मुंडा जो बहुत पॉपुलर होया 20-25 साल हो गए ने उन्हें भी काफी अमृत छकाए ने काफी गुरु दे नाल जोड़िया कि अपने नाल जोड़िया या गुरु दे नाल जोड़िया वह सानू नहीं पता वह आने वाला समा दसेगा। सो अमृतपाल भी अमृत छका रहा लेकिन इन्हां दे विच इन्हां दी सोच ਉਹ ਵੀ ਗੁਰੂ ਗ੍ਰੰਥ ਸਾਹਿਬ ਦੇ ਲੜ ਲਾ ਰਿਹਾ ਇਹ ਵੀ ਗੁਰੂ ਗ੍ਰੰਥ ਸਾਹਿਬ ਇਹਨਾਂ ਦੇ ਵਿਚ ਆਪਸ ਦੇ ਵਿਚ ਕੀ ਪ੍ਰੋਬਲਮ ਕੀ ਹੋ ਸਕਦੀ ਹੈ ਗੁਰੂ ਦੇ ਲੜ ਲਾਣਾ ਤੇ ਫਿਰ ਇਹਨਾਂ ਦੇ ਵਿਚ ਆਪਸ ਚ ਕਿਉਂ ਨਹੀਂ ਰਲ ਕੇ ਚੱਲ ਸਕਦੇ। ਮੈਂ ਕਦੀ ਰਣਜੀਤ ਸਿੰਘ ਢੰਡਰੀਆਂ ਵਾਲੇ ਨੂੰ ਕਿਸੇ ਪੁਲਿਸ ਸਟੇਸ਼ਨ ਤੇ ਹਮਲਾ ਕਰਦੇ ਨੀ ਵੇਖਿਆ। ਗੁਰੂ ਨਾਲ ਤੇ ਲਾਂਦੇ ਨੇ, ਅੰਮ੍ਰਿਤ ਵੀ ਛਕਾਉਂਦੇ ਨੇ, ਬਾਣੀ ਪੜਾਉਂਦੇ ਨੇ, ਗੁਰਦੁਆਰਿਆਂ ਵਿਚ ਪੂਰੀ ਦੁਨੀਆਂ ਚ ਜਾ ਕੇ ਟੂਰ ਕਰਦੇ ਨੇ ਤੇ ਆਰਾਮ ਨਾਲ ਬਹਿ ਕੇ ਮੈਸੇਜ ਦਿੰਦੇ ਨੇ। ਮੈਂ ਕਦੀ ਉਹਨਾਂ ਨੂੰ ਇਹ ਨੀ ਕੌਮ ਦੇ ਯੂਥ ਨੂੰ ਵਰਗ ਲਾਉਂਦੇ ਵੇਖਿਆ ਕਿ ਤੁਸੀਂ ਗੁਲਾਮ ਹੋ। ਉਹਨਾਂ ਨੇ ਕਦੀ ਇਹ ਨੀ ਕਿਹਾ ਕਿ ਅਮਿਤ ਸ਼ਾਹ ਜਿਹੜਾ ਦੇਸ਼ ਦਾ ਗ੍ਰਹਿ ਮੰਤਰੀ ਨੂੰ ਇੰਦਰਾ ਗਾਂਧੀ ਵਰਗਾ ਅਸੀਂ ਸਬਕ ਸਿਖਾਵਾਂਗੇ ਜਾਂ ਉਹਨਾਂ ਦੇ ਕੋਲ ਕੋਈ ਮੈਂ ਕਦੀ ਗੁਰੂ ਗ੍ਰੰਥ ਸਾਹਿਬ ਅੱਗੇ ਲੈ ਕੇ ਤੇ ਪਿੱਛੇ ਚੱਲ ਕੇ ਥਾਣੇ ਜਾ ਕੇ ਉਹਨਾਂ ਨੇ ਕੋਈ ਕੁੱਟਮਾਰ ਨਹੀਂ ਕੀਤੀ ਕਦੀ। ਤੇ ਇਹਨਾਂ ਦੋਵਾਂ ਵਿਚ ਇਹੀ ਫਰਕ ਹੈ ਤੇ ਗੁਰੂ ਦੇ ਲਾਣਾ ਬਹੁਤ ਅੱਛੀ ਗੱਲ ਹੈ। ਮੈਂ ਅੱਗੇ ਵੀ ਕਿਹਾ ਸੀ ਜੇ ਭਾਈ ਅੰਮ੍ਰਿਤਪਾਲ ਸਿਰਫ ਉਸ ਕੰਮ ਤੱਕ ਰਹਿੰਦੇ ਵੀ ਗੁਰੂ ਨਾਲ ਲਾਂਦੇ, ਅੰਮ੍ਰਿਤ ਸੰਚਾਰ ਕਰਦੇ, ਨਸ਼ਿਆਂ ਤੋਂ ਛੁਡਾਉਂਦੇ, ਉਹ ਉੱਥੇ ਤੱਕ ਉਸ ਹੱਦ ਤੱਕ ਬਿਲਕੁਲ ਠੀਕ ਸੀ। ਪਰ ਜਦੋਂ ਤੁਸੀਂ ਹੁਣ ਪੂਰੇ ਜਿਹੜੇ 2.5-3 crore ਸਿੱਖ ਨੇ ਦੁਨੀਆਂ ਵਿਚ ਉਹਨਾਂ ਦੇ ਬਿਹਾਫ ਤੇ ਬੋਲਣਾ ਸ਼ੁਰੂ ਕਰਦੇ ਹੋ ਕਿ ਅਸੀਂ ਜੀ ਇੱਥੇ ਖਾਲਿਸਤਾਨ ਬਣਾਵਾਂਗੇ ਤੇ ਅਸੀਂ ਗੁਲਾਮ ਕੌਮ ਆ, ਉੱਥੇ ਮੈਂ ਉਹਨਾਂ ਤੋਂ ਬਿਲਕੁਲ ਡਿਫਰ ਕਰਦਾ। ਸਿੱਖ ਕੋਈ ਗੁਲਾਮ ਕੌਮ ਨਹੀਂ ਹੈ, ਸਿੱਖ ਨਾ ਕਦੇ ਗੁਲਾਮ ਸੀ, ਨਾ ਹੈਣ, ਨਾ ਰਹਿਣਗੇ ਜੀ। ਫਿਰ ਉਹ ਇਹਨਾਂ ਨੇ 2-4 ਇੱਕ ਵੀਡੀਓ ਵੀ ਵਾਇਰਲ ਹੋਈ ਸੀ ਜੋ ਨਵਾਂ ਇੱਕ ਨੌਜਵਾਨ ਜੋ ਅੰਮ੍ਰਿਤਪਾਲ ਜੋ ਸਾਹਮਣੇ ਟੀਵੀ ਸਾਹਮਣੇ ਆਇਆ ਸੀ, ਉਸਨੇ ਕਿਹਾ ਸੀ ਕਿ ਜੇ 2-4 ਬੰਦੇ ਸਿੱਖ ਮਰ ਵੀ ਜਾਂਦੇ ਨੇ ਕਿ ਕਿਹੜੀ ਮੱਸਿਆ ਲੱਗਣੀ ਹਟ ਜੇਗੀ। ਉਹ ਕਿਸ ਮੱਸਿਆ ਦੀ ਗੱਲ ਕਰਦੇ? ਕਿਉਂਕਿ ਮੈਂ ਉਹ ਬੱਚੇ ਪੁੱਤਰ ਕਿਸੇ ਹੋਰ ਦੇ ਮਾਂ ਦੇ ਪੁੱਤਰ ਮਰਵਾਏਗਾ? ਅੱਗੇ ਪੰਜਾਬ ਵਿਚ ਥੋੜੇ ਅਸੀਂ ਸ਼ਹੀਦੇ ਹੋਏ ਆ, ਜਿਹੜੇ ਪਿੰਡ ਚਲੇ ਜਾਓ ਉੱਥੇ ਤੁਹਾਨੂੰ ਇੱਕ ਜਨਰੇਸ਼ਨ ਸਾਡੀ ਪੂਰੀ ਕਾਇਮ ਹੋਈ ਹੈ। ਸਾਰੀ ਜ਼ਿੰਦਗੀ ਅਸੀਂ ਇੱਥੇ ਹਿਊਮਨ ਰਾਈਟਸ ਦੀ ਲੜਾਈਆਂ ਲੜ ਲੜ ਕੇ ਇਸ ਮੁਕਾਮ ਤੇ ਪਹੁੰਚੇ ਆ ਤੇ ਸਾਨੂੰ ਫਿਰ ਉੱਥੇ ਹੀ ਲਿਜਾਣਾ ਚਾਹੁੰਦਾ ਹੈ? ਫਿਰ ਲੋਕਾਂ ਦੇ ਵਿਦੋਸ਼ੇ ਪੁੱਤਰ ਮਰਵਾਉਣਾ ਚਾਹੁੰਦਾ ਹੈ? ਕਿਉਂ? ਅੱਗੇ ਤੁਹਾਨੂੰ ਕੀ ਲੱਭਿਆ ਜਿਹੜਾ ਹੁਣ ਅੰਮ੍ਰਿਤਪਾਲ ਜੀ ਤੁਸੀਂ ਲੱਭ ਲਓਗੇ? ਤੁਹਾਡੇ ਪਿੱਛੇ ਹੈ ਕੌਣ ਹੈ? ਕੀ ਤੁਹਾਡੇ ਪਿੱਛੇ ਕੋਈ ਆ ਫੋਰਨ ਤਾਕਤ ਤੁਹਾਡੇ ਨਾਲ ਹੈ? ਤੇ ਦੱਸੋ ਕਿ ਅਮਰੀਕਾ ਨੇ ਤੁਹਾਨੂੰ ਰੈਕਗਨਾਈਜ਼ ਕੀਤਾ ਲੀਡਰ ਆਫ ਖਾਲਿਸਤਾਨ, ਜਾਂ ਯੂਨਾਈਟਿਡ ਨੇਸ਼ਨਸ ਨੇ ਤੁਹਾਨੂੰ ਕਹਿਤਾ ਵੀ ਤੁਸੀਂ ਅੱਗੇ ਵਧੋ ਅਸੀਂ ਤੁਹਾਡੇ ਨਾਲ ਆ? ਕੋਈ ਤੁਹਾਡੇ ਕੋਈ ਮੂਵਮੈਂਟ ਨਹੀਂ, ਤੁਹਾਡੀ ਪੰਜਾਬ ਵਿਚ ਹੀ ਕੋਈ ਐਕਸੈਪਟੈਂਸ ਨਹੀਂ ਹੈ ਤੇ ਤੁਸੀਂ ਵੱਡੀਆਂ ਵੱਡੀਆਂ ਮੀਡੀਆ ਚ ਆਉਣ ਵਾਸਤੇ ਤੇ ਕਮਿਊਨਿਟੀ ਨੂੰ ਪਾੜਨ ਵਾਸਤੇ ਕਿਸੇ ਹੋਰ ਦੇ ਇਸ਼ਾਰੇ ਤੇ ਨੱਚ ਕੇ ਤੇ ਸਾਰਾ ਖੇਡ ਰਹੇ ਹੋ? ਪੈਸੇ ਇਕੱਠੇ ਕਰਨੇ ਤੇ ਵੱਡੀਆਂ ਵੱਡੀਆਂ ਗੱਡੀਆਂ। ਬਿਲਕੁਲ, ਮੈਂ ਅੱਗੇ ਵੀ ਕਿਹਾ ਮਰਜ਼ੀਜ਼ ਗੱਡੀ ਚ ਸੰਤ ਜਰਨੈਲ ਸਿੰਘ ਪਿੰਡਰਾਂਵਾਲੇ ਕਦੀ ਮਰਜ਼ੀਜ਼ ਨਹੀਂ ਫਿਰਦੇ ਸੀ, ਇਹ ਆਪਣੇ ਆਪ ਨੂੰ ਸੰਤਾਂ ਦਾ ਕਹਿੰਦੇ ਅਸੀਂ ਉਹਨਾਂ ਦੇ ਅੱਗੇ ਆ ਗਏ ਹਾਂ। ਤੇ ਇਹ ਮੈਂ ਅੱਗੇ ਵੀ ਕਿਹਾ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂਵਾਲੇ ਦੀ ਜੋ ਸ਼ਹਾਦਤ ਸੀ ਨਾ ਉਹ ਉਹਦੇ ਨੇੜੇ ਵੀ ਨਹੀਂ ਲੱਗ ਸਕਦੇ ਜੀ। ਇਹ ਸੀ ਜਸਦੀਪ ਸਿੰਘ ਜੈਸੀ ਮੈਰੀਲੈਂਡ ਤੋਂ, ਵਾਸ਼ਿੰਗਟਨ ਡੀਸੀ ਤੋਂ। ਤੁਸੀਂ ਦੇਖ ਰਹੇ ਹੋ ਅਮੇਜ਼ਿੰਗ ਟੀਵੀ। ਅਸੀਂ ਗੱਲਬਾਤ ਕਰਦੇ ਹਾਂ ਕਿ ਪੰਜਾਬ ਦੇ ਵਿਚ ਅਸੀਂ ਨੌਜਵਾਨ ਨੂੰ ਕਿਸ ਤਰ੍ਹਾਂ ਸੀਧ ਪਾਸੇ ਲਾ ਸਕਦੇ ਹਾਂ, ਕਿੱਦਾਂ ਬਿਜ਼ਨਸ ਵਾਸਤੇ ਲਾ ਸਕਦੇ ਹਾਂ, ਕੀ ਕਰਨਾ ਚਾਹੀਦਾ, ਥੋੜਾ ਜਿਹਾ ਉਹਦੇ ਬਾਰੇ ਦੱਸੋ ਕਿ ਉਹਨਾਂ ਨੂੰ ਭਟਕਣ ਤੋਂ ਕਿੱਦਾਂ ਰੋਕਿਆ ਜਾ ਸਕਦਾ। ਸਿਰਫ ਅੰਮ੍ਰਿਤਪਾਲ ਜੀ ਨੂੰ ਥੋੜੀ ਬਹੁਤ ਜਿਹੜੀ ਸਪੋਰਟ ਮਿਲ ਰਹੀ ਹੈ ਉਹ ਸਾਡਾ ਯੂਥ ਜਿਹੜੇ ਕੋਲ ਜਿਨ੍ਹਾਂ ਕੋਲ ਵਿਚਾਰਿਆਂ ਕੋਲ ਜੋਬ ਨਹੀਂ ਨੇ ਔਰ ਇਲਿਟਰੇਸੀ ਹੈ। ਪੰਜਾਬ ਵਿਚ ਐਜੂਕੇਸ਼ਨ ਸਾਨੂੰ ਕਰਨੀ ਚਾਹੀਦੀ ਹੈ, ਭਾਵੇਂ ਤੁਸੀਂ ਖੇਤਾਂ ਵਿਚ ਕੰਮ ਕਰ ਰਹੇ ਹੋ, ਭਾਵੇਂ ਤੁਸੀਂ ਪਿੰਡਾਂ ਵਿਚ ਰਹਿ ਰਹੇ ਹੋ, ਪਰ ਤੁਹਾਨੂੰ ਐਜੂਕੇਸ਼ਨ ਇੱਕ ਬਹੁਤ ਜ਼ਰੂਰੀ ਹੈ ਔਰ ਤੁਸੀਂ ਸਾਨੂੰ ਪੰਜਾਬ ਵਿਚ ਐਜੂਕੇਸ਼ਨ ਦੇ ਰਸਤੇ ਖੋਲਣੇ ਚਾਹੀਦੇ ਨੇ। ਜਿਵੇਂ ਹੁਣ ਮੈਂ ਇਹ ਨਹੀਂ ਕਹਿ ਰਿਹਾ ਕਿ ਆਮ ਆਦਮੀ ਪਾਰਟੀ ਦੀ ਕੋਈ ਹੁਣ ਮੈਂ ਇੱਥੇ ਆ ਕੇ ਇੰਡੋਰਸ ਕਰ ਰਿਹਾ, ਪਰ ਆਮ ਆਦਮੀ ਪਾਰਟੀ ਨੇ ਹੁਣ ਯੂਨੀਵਰਸਿਟੀਜ਼ ਖੋਲੀਆਂ ਨੇ, ਉਹਨਾਂ ਨੇ ਉੱਥੇ ਕਈ ਨਵੇਂ ਕੈਂਪਸਿਸ ਖੋਲੇ ਨੇ ਜਿਹੜੇ ਕਿ ਬੱਚਿਆਂ ਨੂੰ ਐਡਮਿਸ਼ਨ ਮਿਲੇਗੀ। ਇੱਕ ਜਿਸ ਦਿਨ ਇਹ ਅਜਨਾਲਾ ਥਾਣੇ ਤੇ ਹਮਲਾ ਹੋਇਆ ਉਸੇ ਦਿਨ ਪੰਜਾਬ ਵਿਚ ਇਕ ਇਨਵੈਸਟਮੈਂਟ ਸੈਮੀਨਾਰ ਹੋ ਰਿਹਾ ਸੀ ਮੋਹਾਲੀ ਵਿਚ ਜਿੱਥੇ ਕਿ 34,000 crore ਰੁਪਿਆ ਪੰਜਾਬ ਵਿਚ ਇਨਵੈਸਟ ਹੋਣਾ ਸੀ। ਸਾਨੂੰ ਇਹ ਜੇ ਹੋਰ ਸੈਮੀਨਾਰ ਕਰਨੇ ਚਾਹੀਦੇ ਨੇ, ਸਾਨੂੰ ਕਾਰਪੋਰੇਸ਼ਨ ਔਰ ਬਾਹਰਲੀਆਂ ਕੰਪਨੀਆਂ ਨੂੰ ਪੰਜਾਬ ਵਿਚ ਇਨਵਾਈਟ ਕਰਨਾ ਚਾਹੀਦਾ, ਜੋ ਕਿ ਪਹਿਲੀ ਵਾਰੀ ਮੈਂ ਵੇਖ ਰਿਹਾ ਕਿ ਆਮ ਆਦਮੀ ਪਾਰਟੀ ਦੀ ਗੌਰਮੈਂਟ ਜਿਹੜੀ ਉਹ ਕਰ ਰਹੀ ਹੈ ਔਰ ਸਾਰੇ ਆਪੋਜੀਸ਼ਨ ਪਾਰਟੀਜ਼ ਨੂੰ ਲੋਕਾਂ ਨੂੰ ਮਿਲ ਕੇ ਇਸ ਤਰਫ ਧਿਆਨ ਦੇਣਾ ਚਾਹੀਦਾ, ਕਿਉਂਕਿ ਪੰਜਾਬ ਦੀ ਤਦੇ ਹੀ ਤਰੱਕੀ ਹੋਏਗੀ ਜਦ ਇੱਥੇ ਇਨਵੈਸਟਮੈਂਟ ਹੋਏਗੀ, ਇੱਥੇ ਰੋਜ਼ਗਾਰ ਦੀਆਂ ਓਪਰਚੁਨਿਟੀਜ਼ ਆਣਗੀਆਂ ਸਾਡੇ ਯੂਥ ਨੂੰ। ਹੁਣ ਸਾਰਾ ਯੂਥ ਨਹੀਂ ਆ ਸਕਦਾ, ਨਾ ਕੈਨੇਡਾ ਜਾਂ ਅਮਰੀਕਾ ਨਹੀਂ ਆ ਸਕਦਾ, ਜਿਹੜਾ ਯੂਥ ਉੱਥੇ ਰਹਿ ਗਿਆ ਉਹਨੂੰ ਨਸ਼ੇ ਤੋਂ ਬਚਾ ਕੇ ਕਿਧਰੇ ਕੰਮ ਰੋਜ਼ਗਾਰ ਵੱਲ ਪਾਈਏ। ਹੁਣ ਜੇ ਅੰਮ੍ਰਿਤਪਾਲ ਜੀ ਉਹਨਾਂ ਨੂੰ ਨਸ਼ੇ ਤੋਂ ਬਚਾ ਕੇ
ਤੇ ਪ੍ਰੋਟੈਸਟ ਵਿਚ ਜਾਂ ਥਾਣੇ ਲੁੱਟਣ ਵਿਚ ਲਾ ਦੇਣਗੇ ਤੇ ਉਹ ਵੀ ਬੜੀ ਮਾੜੀ ਗੱਲ ਹੈ। ਉਹਨਾਂ ਨੂੰ ਪ੍ਰੋਪਰ ਵਰਕ ਦੇਣਾ ਚਾਹੀਦਾ, ਉਹਨਾਂ ਵਾਸਤੇ ਰੋਜ਼ਗਾਰ ਕਰਨੇ ਚਾਹੀਦੇ ਨੇ। ਔਰ ਉਹ ਸਿਰਫ ਆਮ ਆਦਮੀ ਪਾਰਟੀ ਦਾ ਹੀ ਇੱਕ ਰਿਸਪੋਨਸੀਬਿਲਟੀ ਨਹੀਂ ਹੈ, ਉਹ ਹਰ ਪੰਜਾਬੀ ਦੀ ਰਿਸਪੋਨਸੀਬਿਲਟੀ ਕਿ ਅਸੀਂ ਆਪਣੇ ਪੰਜਾਬ ਨੂੰ ਪ੍ਰਾਊਡਲੀ ਕਿਵੇਂ ਰਿਪ੍ਰੈਜੈਂਟ ਕਰੀਏ, ਅਸੀਂ ਆਪਣੇ ਪੰਜਾਬ ਨੂੰ ਪੋਜ਼ਿਟਿਵ ਵੇ ਵਿਚ ਕਿਸ ਤਰ੍ਹਾਂ ਕਰੀਏ। ਇੱਕ ਇਹਨਾਂ ਦੀ ਹਰਕਤ ਕਰਕੇ ਅੱਜ ਪੂਰਾ ਪੰਜਾਬ, ਪੂਰੀ ਸਿੱਖੀ ਜਿਹੜੀ ਹੈ ਉਹਨੂੰ ਠੇਸ ਲੱਗੀ ਹੈ। ਅੱਜ ਸਾਨੂੰ ਹਿੰਦੁਸਤਾਨ ਵਿਚ ਫਿਰ ਇੱਕ ਜਿਹੜਾ ਸਿੱਖ, ਤੁਸੀਂ ਕਦੀ ਸੋਚੋ ਜਿਹੜਾ ਸਿੱਖ ਅੱਜ ਕੇਰਲਾ ਵਿਚ ਰਹਿ ਰਿਹਾ, ਜਿਹੜਾ ਸਿੱਖ ਦਿੱਲੀ ਵਿਚ ਰਹਿੰਦਾ, ਜਿਹੜਾ ਸਿੱਖ ਬੰਬੇ ਮੁੰਬਈ ਚ ਰਹਿ ਰਿਹਾ, ਉਹਨਾਂ ਦੇ ਉਪਰ ਤੁਸੀਂ ਜਦ ਅਜੇ ਬਿਆਨ ਦਿੰਦੇ ਹੋ ਤੇ ਉਹ ਕਿਵੇਂ ਆਪਣੇ ਆਪ ਨੂੰ ਉੱਥੇ ਜਸਟੀਫਾਈ ਕਰਦੇ ਨੇ। ਇਹ ਸੀ ਜਸਦੀਪ ਸਿੰਘ ਜੈਸੀ, ਮੈਰੀਲੈਂਡ ਵਾਸ਼ਿੰਗਟਨ ਡੀਸੀ ਤੋਂ। ਖਬਰਾਂ ਦੇ ਆਰ ਪਾਰ ਦੇ ਵਿਚ ਸਵਾਗਤ ਹੈ ਤੁਹਾਨੂੰ। ਪੂਰਾ ਨਿਚੋੜ ਕਰਕੇ ਤੁਹਾਨੂੰ ਪੂਰਾ ਹਿਸਟਰੀ ਬਾਰੇ ਜਸਦੀਪ ਸਿੰਘ ਜੈਸੀ ਨੇ ਦਸਿਆ। ਬਣੇ ਰਹੋ, ਅਗਲੇ ਵੀਕ ਫਿਰ ਮਿਲਦੇ ਆ ਨਵੇਂ ਡਿਸਕਸ਼ਨ ਦੇ ਨਾਲ, ਨਵੀਆਂ ਖਬਰਾਂ ਦੇ ਨਾਲ। ਤਦ ਤੱਕ ਲਈ ਸ਼ੁਕਰੀਆ, ਧੰਨਵਾਦ, ਸਤਿ ਸ੍ਰੀ ਅਕਾਲ।